ਇੰਗਲੈਂਡ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਭਾਈ ਦੂਜ ਦੇਸ਼ ਭਰ ਦੇ ਵਿੱਚ ਅੱਜ ਖੁਸ਼ੀ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਦੀ ਰੀਤ ਅਨੁਸਾਰ ਭੈਣ ਆਪਣੇ ਭਰਾ ਦੇ ਮੱਥੇ ਉੱਤੇ ਟਿੱਕਾ ਲਗਾ ਕੇ ਭਗਵਾਨ ਤੋਂ ਉਸਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ। ਸਮਾਣਾ ਦੇ ਵਿੱਚ ਇਸ ਤਿਉਹਾਰ ਦੀਆਂ ਕਾਫੀ ਰੌਣਕਾਂ ਦੇਖਣ ਨੂੰ ਮਿਲੀਆਂ। ਜ਼ਿਕਰਯੋਗ ਹੈ ਕਿ ਪੁਰਾਣੀ ਮਾਨਤਾ ਮੁਤਾਬਕ ਇਸ ਦਿਨ ਯਮੁਨਾ ਜੀ ਨੇ ਆਪਣੇ ਭਰਾ ਯਮਰਾਜ ਤੋਂ ਵਰਦਾਨ ਮੰਗਿਆ ਸੀ ਕਿ ਦੁਨੀਆਂ ਵਿੱਚ ਕਿਸੇ ਵੀ ਭੈਣ ਦੇ ਭਰਾ ਨੂੰ ਦੁੱਖ ਨਹੀਂ ਦੇਣਾ। ਇਸ ਮੌਕੇ ਸਥਾਨਕ ਲੋਕਾਂ ਨੇ ਇਸ ਤਿਉਹਾਰ ਬਾਰੇ ਕੀ ਕਿਹਾ ਉਹ ਤੁਸੀਂ ਖੁਦ ਹੀ ਸੁਣ ਲਵੋ। ये एक भैया दूज का त्यौहार है। इस दिन भाई अपनी बहन के घर आके उससे टीका करवाता है और बहन अपने भाई की लंबी उम्र की कामना करती है, भगवान से ये दुआ करती है कि मेरे भाई की लंबी उम्र रहे और वो अपनी ज़िंदगी में कामयाब हो और हंसी खुशी से रहे। इस त्यौहार का ये महत्व है कि बहन अपनी भाई की लंबी उम्र की कामना करती है, उसको इस दिन टीका करती है और ये त्यौहार काफ़ी हर्ष और उल्लास से मनाया जाता है। ਅਸੀਂ ਇੱਕ ਜ਼ਿੰਮੇਵਾਰ ਅਦਾਰਾ ਹੋਣ ਦੇ ਨਾਤੇ ਸਾਰੀਆਂ ਭੈਣਾਂ ਦੇ ਭਰਾਵਾਂ ਦੀ ਖੁਸ਼ੀ ਅਤੇ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ। ਸਮਾਣਾ ਤੋਂ ਪਰਸੋਤਮ ਕੌਸ਼ਿਕ ਦੀ ਖਾਸ ਰਿਪੋਰਟ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।